ਕੋਈ ਪਿਆਰ ਪਿਓਰ ਨਹੀਂ ਤੇਰੇ ਨਾਲ ਹੈਗਾ ਉਹਨੂੰ, ਮੈਂ ਤੈਨੂੰ ਗਰੰਟੀ ਨਾ ਮੈਂ ਕਹਿ ਸਕਦੀ ਤੈਨੂੰ ਮੇਰੀ ਬੇਬੇ ਦਾ ਨਹੀਂ ਪਤਾ ਤੇਰੀ ਬੇਬੇ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਮੀਦ। ਜੈਸਮਿਨ ਔਰ ਗੈਰੀ ਸੰਧੂ ਰਹੇ ਸੀਗੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ, ਹਾਲਾਂਕਿ ਹੁਣ ਵੱਖ ਵੱਖ ਹੋ ਚੁੱਕੇ ਨੇ, ਪਰ ਜਦ ਦੋਨੋਂ ਇੱਕੋ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਤਾਂ ਜੈਸਮਿਨ ਸੈਲਰਸ ਦੀ ਮਦਰ ਦਾ ਇੱਕ ਵੀਡੀਓ ਵਾਇਰਲ ਹੋਇਆ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਗੈਰੀ ਬਿਲਕੁਲ ਵੀ ਨਹੀਂ ਪਸੰਦ। ਉਹ ਤਾਂ ਹੁਣ ਦੂਜੇ ਪਾਸੇ ਵੱਖ ਹੋਣ ਤੋਂ ਬਾਅਦ ਜਦ ਗਾਣਾ ਆਇਆ ਅਲਰਟ ਕੁੜੇ ਗੈਰੀ ਸੰਧੂ ਦਾ, ਇਸ ਗਾਣੇ ਦੇ ਐਂਡਿੰਗ ਦੇ ਵਿੱਚ ਗੈਰੀ ਨੇ ਇਨਡਾਇਰੈਕਟਲੀ ਰਿਪਲਾਈ ਕੀਤਾ ਜੈਸਮਿਨ ਨੂੰ, ਇਹ ਲੋਕ ਕਹਿ ਰਹੇ ਨੇ ਕਿਉਂਕਿ ਕਮੈਂਟ ਵੀ ਗਾਣੇ ਨੂੰ ਅਜਿਹੇ ਮਿਲੇ ਨੇ। ਗਾਣੇ ਦੇ ਐਂਡ ਦੇ ਵਿੱਚ ਗੈਰੀ ਕਹਿੰਦੇ ਨੇ ਕਿ ਤੈਨੂੰ ਕੁੜੀਏ ਮੇਰੀ ਬੇਬੇ ਦੇ ਬਾਰੇ ਨਹੀਂ ਪਤਾ। ਸੋ ਦੇਖੋ ਦੈਨਿਕ ਸੂਰਿਆ ਟੀਵੀ ਦੀ ਇੱਕ ਖਾਸ ਰਿਪੋਰਟ। ਜੈਸਮਿਨ ਸੈਂਡਲਸ ਅਤੇ ਗੈਰੀ ਸੰਧੂ ਜਦ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਤਾਂ ਸੋਸ਼ਲ ਮੀਡੀਆ 'ਤੇ ਇਹਨਾਂ ਦੀਆਂ ਬਹੁਤ ਜ਼ਿਆਦਾ ਵੀਡੀਓਸ ਵਾਇਰਲ ਹੋਈਆਂ ਰਹਿੰਦੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਵੀਡੀਓ ਅਜਿਹੀ ਵਾਇਰਲ ਹੋਈ ਸੀਗੀ ਜਿਸ ਦੇ ਵਿੱਚ ਜੈਸਮਿਨ ਦੀ ਮਦਰ ਕਹਿੰਦੀ ਹੈ ਕਿ ਗੈਰੀ ਸੰਧੂ ਜੈਸਮਿਨ ਨੂੰ ਪਿਆਰ ਨਹੀਂ ਕਰਦਾ ਅਤੇ ਨਾ ਹੀ ਜੈਸਮਿਨ ਦੀ ਮਦਰ ਨੂੰ ਪਸੰਦ ਹੈ ਗੈਰੀ ਸੰਧੂ। ਸੋ ਪਹਿਲਾਂ ਦੇਖੋ ਗੈਰੀ ਸੰਧੂ ਨੂੰ ਕੀ ਕਿਹਾ ਸੀਗਾ ਜੈਸਮਿਨ ਦੀ ਮਦਰ ਨੇ। ਸੋ ਮਾਮਸ ਬੀਨ ਯੈਲਿੰਗ ਐਟ ਮੀ ਫॉर द ਪਾਸਟ 5 ਮਿੰਟਸ ਬਿਕਾਜ਼ ਸ਼ੀ ਇਜ਼ ਸੇਇੰਗ ਕਿ ਮਾਮ ਹੈਵਨਟ ਯੂ ਡਨ ਕ੍ਰੇਜ਼ੀ ਸ਼ਿਟ ਫॉर ਲਵ। No, I never do that. Apne khok ke chatna. What does that even mean? Ek bin aap hi kehna ke cheta te onu aap hi unki gand dikhai jana. That's what's up. That's true. I believe that. But tang vi mainu bau karda. Pasweer di chun chun lai unne ke mil ja mil ja. Fir tu dekh na, tenu tang karda te tenu unne tang karna jad chhad dewe te ja tenu chhad dewe. ਮੰਗੋ ਹਰ ਵੇਲੇ ਉਹ ਕੋਈ ਪਿਆਰ ਪਿਓਰ ਨਹੀਂ ਤੇਰੇ ਨਾਲ ਹੈਗਾ ਉਹਨੂੰ, ਮੈਂ ਤੈਨੂੰ ਗਰੰਟੀ ਨਾ ਮੈਂ ਕਹਿ ਸਕਦੀ। ਔਰ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਗੈਰੀ ਸੰਧੂ ਦੇ ਗਾਣੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੈਰੀ ਸੰਧੂ ਨੇ ਜੈਸਮਿਨ ਨੂੰ ਇਨਡਾਇਰੈਕਟ ਰਿਪਲਾਈ ਕੀਤਾ। ਆਮ ਸੌਰੀ ਗੈਰੀ, ਮੈਂ ਤਾਂ ਮਜ਼ਾਕ ਕਰ ਰਹੀ ਸੀ। ਮਜ਼ਾਕ ਤਾਂ ਕੁੜੀ ਤੇਰੇ ਨਾਲ ਹੋਇਆ। ਉਹ ਕਿੱਦਾਂ? ਤੈਨੂੰ ਮੇਰੀ ਬੇਬੇ ਦਾ ਨਹੀਂ ਪਤਾ। ਤੇਰੀ ਬੇਬੇ ਦਾ?